सबर ता कर ले तू भाई मेनू कदे नवा मोटरसाइकल नहीं जोड़ा कार कित्थों दे दा आप दी औकात तो वध के दित्ता दी सारा कुछ भाई मैं हुण उस घर च नहीं जाना हौली बोल भैन मेरी बापू बीमार है आजा बापू नूं ऐ कह दी कह दूं मिलण आई हां ठीक है परसों मैं डॉक्टर दे लै गया सी खड़े खड़े दे दौरा पै जांदा अच्छा होर कहंदा इहनूं बाहर ना भेजिया करो हुण भाई कार किवें लै के आवांगे मैं कढ़दा कोई हल तूं आए बापू नूं बापू लप्रीत है रखो जेडी गल मैं दस दो मैं सब जानदा थोड़िया गल्ला की गल्ला पुत्तर बापू मेरी तो जिंदगी खराब होगी क्यों बापू धक्के मार के बाहर कढ़िया मैनू उन्होंने की कहंदे आ कार मंगदे ने कहंदे जदों तेरे भाई ने कार दवाती साडे घरे ओदी बड़ी मेरे साले ने उन्हें शर्मी लाती ओ होर बापू हजे महीना होया लख रुपया दे के आया मैं हां हां हुण साले कार मंगदे ने ओदों मैनू कहंदे कहंदे कुछ नहीं मंगदे पुत्त ओ बुढ़ी जी कहंदी भाई ओ नहीं सुधर सकदे ਉਹਨਾਂ ਦੇ ਲਾਲਚ ਵਾਲਾ ਘੜਾ ਨਾ ਕਦੇ ਨਹੀਂ ਭਰਨਾ ਸੱਤ ਜਨਮਾਂ ਤੱਕ ਬਾਪੂ ਸਿੱਧੀ ਜੀ ਗੱਲ ਆ ਮੇਰਾ ਤਾਂ ਨਵੇੜਾ ਕਰ ਦੋ ਮੈਂ ਨਹੀਂ ਉਸ ਘਰ 'ਚ ਜਾਣਾ ਹੁਣ ਪੁੱਤ ਕਮਲੀਆਂ ਨਹੀਂ ਮਾਰਦੇ ਹੁੰਦੇ ਘਰ ਰੋਜ਼ ਨਹੀਂ ਵੱਸਦੇ ਹੁੰਦੇ ਮੈਂ ਜਾ ਕੇ ਉਹਨਾਂ ਕੋਲੇ ਗੱਲ ਕਰਦਾ ਉਹਨਾਂ ਨਾਲ ਮੇਰੇ ਸਾਲੇ ਨਾਲ ਉਹ ਕਮਾਲ ਦੀ ਗੱਲ ਹੋ ਰਹੀ ਹੈ ਦੋ ਵਾਰੀ ਤਾਂ ਪੰਚਾਇਤ 'ਚ ਜੁੱਤੀਆਂ ਮਾਰੀਆਂ ਨੇ ਉਹਨਾਂ ਦੇ ਸਾਲੇ ਫਿਰ ਵੀ ਸ਼ਰਮ ਨਹੀਂ ਮੰਨਦੇ ਹੈਗੇ ਵੀ ਪੰਚਾਇਤ ਨੇ ਨਵੇੜਾ ਕਰਿਆ ਕੁਛ ਮਰਜ਼ੀ ਕਰ ਲਓ ਬਾਈ ਮੈਂ ਇੱਕ ਵਾਰ ਕਹਿਤਾ ਉਹ ਨਹੀਂ ਮੰਨਦੇ ਨਹੀਂ ਸੁਧਰ ਸਕਦੇ ਉਹ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਮੇਰੀ ਗੱਲ ਸੁਣਾ ਜਿਹੜੀ ਗੱਲ ਤੂੰ ਕਹਿਣੀ ਉਹ ਚੰਗੀ ਗੱਲ ਨਹੀਂ ਹੈਗੀ ਕੋਈ ਜਵਾਕ ਵਿਆਹਣੇ ਕੋਈ ਸੌਖੇ ਥੋੜੇ ਤੈਨੂੰ ਪਤਾ ਤੈਨੂੰ ਤਾਂ ਸਾਰਾ ਪਤਾ ਬਈ ਫਿਰ ਤੁਹਾਡੇ ਗੱਲ 'ਚ ਅੰਗੂਠਾ ਵੀ ਨਹੀਂ ਮੈਂ ਦੇ ਸਕਦੀ ਕੋਈ ਨਹੀਂ ਮੈਂ ਆਪਦੇ ਆਪ ਗੱਲ ਕਰਕੇ ਆਉਣਾ ਫਿਰ ਦੇਖਦੇ ਹਾਂ ਪੱਕੀ ਬਣਦਾ ਤੂੰ ਰਾਜ਼ੀ ਖੁਸ਼ੀ ਰਹਿ ਤੇ ਬੈਗ ਤਾਂ ਅੰਦਰ ਤੇ ਬਾਪੂ ਤੂੰ ਸੋਚ ਨਾ ਕਰੀ ਮੈਂ ਜਾ ਕੇ ਆਉਣਾ ਫਿਰ ਕਰਦੇ ਹਾਂ ਗੱਲ ਆਪਾਂ ਠੀਕ ਆ ਤੂੰ ਆਪਣੀ ਦਵਾਈ ਟਾਈਮ 'ਤੇ ਲੈ ਬਸ ਠੀਕ ਟੈਨਸ਼ਨ ਨਾ ਕਰੀ ਮੈਂ ਚਾਹ ਬਣਾ ਕੇ ਲਿਆਉਣਾ ਪਹਿਲਾਂ ਦਵਾਈ ਦੇ ਦੇ ਪੁੱਤ ਬਾਪੂ ਮੈਨੂੰ ਜੰਮਣ ਵੇਲੇ ਕਿਉਂ ਨਹੀਂ ਮਾਰਤਾ ਤੂੰ ਹੈ ਕਮਲੀ ਕਿੰਨੇ ਵਾਰੀ ਕਹਤਾ ਬਾਪੂ ਕੋਲ ਇਹੋ ਜੀ ਗੱਲ ਨਾ ਕਰ ਕੁਛ ਮਰਜ਼ੀ ਕਰ ਲੋ ਮੈਨੂੰ ਪਤਾ ਹੈ ਨਾ ਉਹ ਨਹੀਂ ਸੁਧਰ ਸਕਦੇ ਕਦੇ ਇਹ ਮੈਂ ਜਾ ਆਇਆ ਹਾਂ ਇੱਕ ਵਾਰੀ ਗੱਲ ਤਾਂ ਕਰ ਲੈਂਦੇ ਹਾਂ ਤੇ ਨਾਲ ਤੂੰ ਬੈਗ ਅੰਦਰ ਕਰ ਚਾਹ ਪੀ ਲੈ ਆ ਜਾ ਪਹਿਣਾ ਚਾਹ ਪੀ ਲੈ ਆ ਜਾ ਲਾ ਪੀ ਤੇ ਚਾਹ ਬਣੀ ਗਈ ਆ ਪੁੱਤ ਹਾਂ ਬਾਪੂ ਪੀਣੀ ਆ ਲਿਆ ਬਈ ਪਹਿਲਾਂ ਬਾਪੂ ਨੂੰ ਫੜਾ ਦਿੰਦੀ ਆ ਨਾ ਬਾਪੂ ਨੂੰ ਚਾਹ ਨਹੀਂ ਪੀਣੀ ਕਿਉਂ ਦਵਾਈ ਖਾਂਦਾ ਡਾਕਟਰ ਦਾ ਦੱਸਿਆ ਅੱਛਾ ਬਈ ਸੋਚਿਆ ਫਿਰ ਕੁਛ ਹੁਣ ਕੀ ਕਰਾਂਗੇ ਹਾਂ ਪਹਿਲਾਂ ਮੈਨੂੰ ਜਾ ਆਇਆ ਨਾ ਜਿੱਥੇ ਗੱਲ ਬਾਤ ਮੈਂ ਕਰਦਾ ਪੁੱਛਦਾ ਆਪਣਾ ਕੀ ਕਹਿੰਦੇ ਨੇ ਸਾਲਾ ਦਾ ਕੋਪਾ ਭਰਦਾ ਕਿ ਨਾ ਭਰਦਾ ਮੈਨੂੰ ਤਾਂ ਪਤਾ ਹੀ ਉਹਨਾਂ ਨੇ ਕੀ ਕਹਿਣਾ ਬਈ ਜੀ ਅਜੇ ਮਾਂ ਹੁੰਦੀ ਕਿੰਨਾ ਦੁਖੀ ਹੁੰਦੀ ਹੈ ਨਾ ਕੀ ਕਰ ਸਕਦੇ ਹਾਂ 15 ਕਿੱਲੇ ਲੱਭੇ ਸੀ ਮਾਂ ਨੇ ਵੀ ਮੇਰੀ ਧੀ ਨੂੰ ਰਾਣੀ ਬਣਾ ਕੇ ਰੱਖਣਗੇ ਉਹ ਤਾਂ ਬਹੁਤ ਕਹਿੰਦੀ ਹੁੰਦੀ ਸੀ ਹਰੇਕ ਨੂੰ ਮਾਸੀ ਹੋਰਾਂ ਨੂੰ ਭੱਜ ਕੇ ਕਹਿੰਦੀ ਮੇਰੀ ਧੀ ਤਾਂ ਸੁਰਗਾਂ 'ਚ ਹੈ ਸ਼ੁਕਰ ਅੱਜ ਮਾਂ ਹੈ ਨਹੀਂ ਵਿਚਾਰੀ ਤਾਂ ਕੀ ਬੀਤਦੀ ਉਹ ਤੇ ਵੀ ਔਰ ਜਿਉਂਦੀ ਮਰ ਜਾਂਦੀ ਉਹ
ਇਹਦਾ ਚਾਹ ਪੀ ਲੈ ਚੱਲ ਅਸੀਂ ਜਾ ਕੇ ਤੜਕੀ ਜਾ ਕੇ ਆਉਂਦੇ ਮਾਰੇ ਮੂਰੇ ਤੇ ਅੰਦਰੇ ਮਾਰਨਾ ਤਾਂ ਰੋਜ਼ ਦਾ ਹੀ ਕੰਮ ਹੈ ਬਾਈ ਮੈਨੂੰ ਤਾਂ ਜਾਨਵਰਾਂ ਵਾਂਗੂ ਕੁੱਟਦਾ ਉਹ ਤਾਂ ਹੀ ਕਹਿੰਦੀ ਹਾਂ ਜਿਵੇਂ ਉੱਥੇ ਬਾਗੀ ਨਾ ਫਿਰ ਮਰੀ ਦਾ ਹੀ ਮੂੰਹ ਦੇਖ ਲਿਓ ਮੇਰਾ ਮੇਰੇ ਸਾਲਿਆਂ ਵਾਸਤੇ ਦਰਸੀਸਾਂ ਨਿਕਲਦੀਆਂ ਨੇ ਅੰਦਰੋਂ ਚੱਲ ਕੋਈ ਨਹੀਂ ਮੈਂ ਤੜਕੀ ਜਾਣਾ ਚਾਹੁੰਦਾ ਮੇਰੀ ਭੈਣ ਦਾ ਕਸੂਰ ਕੀ ਹੈ ਮਾਸੀ ਮੈਨੂੰ ਘੱਟੋ ਘੱਟ ਗੱਲ ਤਾਂ ਦੱਸੋ ਕਲੀਅਰ ਕੀ ਆ ਗੱਲ ਬਾਈ ਤੈਨੂੰ ਪਤਾ ਹੀ ਹੋਊ ਤੇਰੀ ਭੈਣ ਨੇ ਦੱਸਿਆ ਹੀ ਹੋਊ ਤਾਂ ਹੀ ਤਾਂ ਆਇਆ ਉਰੇ ਹੁਣ ਉਹ ਬਾਈ ਫਿਰ ਕਾਰ ਕਿੱਥੋਂ ਦੇ ਦਾਂ ਬਾਈ 2 ਕਿੱਲੇ ਗਹਿਣੇ ਕਰੇ ਤੇ ਵਿਆਹ ਵਕਤ ਮੈਂ ਮੇਰੇ ਤੋਂ ਤਾਂ ਹੋਈ ਨਹੀਂ ਛੁੱਟੇ ਹਜੇ ਫਿਰ ਕੀ ਇਹਦਾ ਬੀਗਾ ਵੇਚ ਦੇ ਕੀ ਜਾਂਦਾ ਤੇਰੀ ਭੈਣ ਨੇ ਸੁਖੀ ਬਸੂ ਉਸੇ ਨੂੰ ਸਹੂਲਤ ਹੈ ਤਾਂ ਕਾਰ ਦੀ ਤਾਂ ਯਾਰ ਕੁਮਾਰਾ ਬਾਈ ਯਾਰ ਐਂ ਕਿਵੇਂ ਵੇਚਦਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਬਾਈ ਤੂੰ ਵੀ ਮੇਰੀ ਗੱਲ ਸੁਣ ਜੇ ਨਹੀਂ ਬੀਗੇ ਨਾਲ ਸਰਦਾ ਤੂੰ ਕਿੱਲਾ ਜ਼ਮੀਨ ਦਾ ਵੇਚ ਦੇ ਨਾ ਤਾਂ ਤੇਰੀ ਜ਼ਮੀਨ ਜਿਹੜੀ ਗਹਿਣੇ ਵੀ ਉਹ ਛੁੱਟ ਜੂਗੀ ਨਾਲੇ ਸਾਨੂੰ ਗੱਡੀ ਮਿਲ ਜੂਗੀ ਨਾਲੇ ਕਿਤੇ ਕੰਮ ਧੰਦੇ ਲੱਗ ਜਾ ਤੂੰ 8-10 ਹਜ਼ਾਰ ਰੁਪਇਆ ਲੈਂਦਾ ਹੋ ਜਾਏਗਾ ਨਾ ਕੋਈ ਘਰ ਦਾ ਮੂੰਹ ਸਿਰ ਕਰ ਲੈ ਰਿਸ਼ਤਾ ਹੋ ਜਾਊਗਾ ਤੈਨੂੰ ਇਹ ਫਿਰੇਗਾ ਸਾਰੀ ਜ਼ਿੰਦਗੀ ਇਹੀ ਛੜਾ ਮਾਸੀ ਇਹੋ ਜਿਹੀਆਂ ਗੱਲਾਂ ਸੋਭਦੀਆਂ ਤੇਰੇ ਮੂੰਹ ਮੈਂ ਹੱਥ ਜੋੜਨਾ ਤੁਹਾਡੇ ਮੂਹਰੇ ਵਸਾ ਲਓ ਮੇਰੀ ਭੈਣ ਨੂੰ ਤੁਹਾਡੇ ਮੂਹਰੇ ਮੂੰਹ ਨੂੰ ਖੋਲਦੀ ਹੈਗੀ ਉਹ ਜੇ ਤੇ ਆਪਦੀ ਭੈਣ ਵਸਾਉਣੀ ਹੈ ਨਾ ਸਾਨੂੰ ਤਾਂ ਹੁਣ ਕਾਰ ਚਾਹੀਦੀ ਹੈ ਉਹ ਫੇਰ ਆਊਗੀ ਉਰੇ ਜੇ ਕਾਰ ਲੈ ਕੇ ਆਉ ਤਾਂ ਬਾਈ ਦੀ ਕਾਰ ਕਾਦੀ ਲੈ ਕੇ ਦੇਵਾਂ ਮੈਂ ਬਾਪੂ ਮੇਰਾ ਮੰਦੇ ਚ ਪਿਆ ਯਾਰ ਸਾਨੂੰ ਕੋਈ ਫਰਕ ਨਹੀਂ ਚਾਹੇ ਆਪਦੀ ਭੈਣ ਨੂੰ ਕੋਠੇ ਤੇ ਬਿਠਾ ਚਾਹੇ ਘਰੇ ਰੱਖ ਉਹ ਬਾਈ ਐਂ ਤਾਂ ਨਾ ਖਾਏ ਯਾਰ ਤੁਹਾਡੀ ਵੀ ਕੁਛ ਲੱਗਦੀ ਹੈ ਯਾਰ ਲੱਗਦੀ ਆ ਫਿਰ ਸਰਦਾ ਚ ਕਾਰ ਚਾਹੀਦੀ ਆ ਕਾਰ ਲਿਆ ਦੋ ਲੈ ਆਵਾਂਗੇ ਤੇਰੀ ਭੈਣ ਮੇਰੀ ਗੱਲ ਸੁਣ ਜੇ ਭੈਣ ਨੂੰ ਕਾਰ ਦੇ ਮੈਂਗਾ ਉਹਨੂੰ ਵੀ ਤਾਂ ਸੁੱਖ ਹੋਊਗਾ ਆਣ ਜਾਣ ਚ ਪਤਾ ਕਿੰਨੀ ਸੁੱਖ ਹੋਊਗਾ ਉਹਨੂੰ ਮਾਸੀ ਕਾਰ ਕਾਦੀ ਲੈ ਕੇ ਦੇਵਾ ਮੈਨੂੰ ਐ ਤਾਂ ਦੱਸ ਦੋ ਇੱਕ ਵਾਰੀ ਵੀ ਹਾਂ ਉਹਦੀ ਲੈ ਕੇ ਦੇਵੇ ਜ਼ਮੀਨ ਹੈਗੀ ਚੰਗੀ ਭਲੀ ਸੁਖੀ ਸੰਦੀ ਸਾਰਾ ਕੁਝ ਹੈਗਾ ਤੁਹਾਡੇ ਕੋਲੇ ਆਹ ਹੁੰਦੇ ਸੁੰਦੇ ਵੀ ਰੋਂਦੇ ਨੇਗੇ ਇਹ ਜਿਨ੍ਹਾਂ ਨੇ ਧੀਆਂ ਬਸਾਉਣੀਆਂ ਹੁੰਦੀਆਂ ਨੇ ਭੈਣ ਭਾਈ ਸੋ ਕੁਝ ਕਰਦਾ ਹੈ ਮਾਸੀ ਤੁਸੀਂ ਪੰਚਾਇਤ ਚ ਕਹਿ ਦਿੰਦੇ ਹੋ ਤਾਂ 2 ਵਾਰੀ ਪੰਚਾਇਤ ਹੋਈ ਆ ਉਦੋਂ ਨਿਬੜਿਆ ਉਦੋਂ ਕਹਿ ਦਿੰਦੇ ਵੀ ਸਾਨੂੰ ਤਾਂ ਕਾਰ ਚਾਹੀਦੀ ਆ ਤੇ ਸਾਨੂੰ ਇਹਦੇ ਤੇ ਪੰਚਾਇਤ ਦਾ ਡਰ ਹੈਗਾ ਪੰਚਾਇਤ ਕਿਹੜਾ ਬੰਬ ਡੇਗ ਦੂਗੀ ਉਹ ਵੀ ਤਾਂ ਪੰਚਾਇਤ ਬੰਦਿਆਂ ਦੀ ਬਣਾਈ ਹੁੰਦੀ ਹੈ ਆਇਆ ਵੱਡਾ ਪੰਚਾਇਤ ਵਾਲਾ ਚੱਲ ਵੇ ਖੜਾ ਹੋ ਅੰਦਰ ਆ ਜਾ ਆ ਗਿਆ ਉਰੇ ਤਾਂ ਮਾਂ ਖਾਣ ਨੂੰ ਮਾਸੀ ਸੋਚ ਲਓ ਇੱਕ ਵਾਰੀ ਬੇ ਸੋਚਿਆ ਲੰਘ ਜਾ ਡੰਡੀ ਲੱਗ ਆ ਆ ਗਿਆ ਪੁੱਤ ਓਏ ਆ ਗਿਆ ਬਾਪੂ ਕੀ ਬਣਿਆ ਪੁੱਤ ਲੈ ਬਈ ਪਾਣੀ ਬਣਨਾ ਕੀ ਤੇ ਉਹਦਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਕਹਿੰਦੇ ਜਿੱਦਣ ਗੱਡੀ ਹੋਈ ਕਹਿੰਦੇ ਉਦੋਂ ਛੱਡ ਜੀ ਕੁੜੀ ਨੂੰ ਐ ਸ਼ਰਮੀਲਾ ਛੱਡੀਏ ਜਮਾ ਸ਼ਰਮ ਕਿਹਾ ਬੜੀ ਗਿਆ ਬੇ ਸ਼ਰਮ ਹੋ ਗਏ ਮੇਰੇ ਸਾਲੇ ਤਾਂ ਫਿਰ ਮੈਥੋਂ ਗਾਲ ਨਿਕਲਦੀ ਆ ਕਸੂਤੀ ਮੈਨੂੰ ਕਹਿੰਦਾ ਆਪਦੀ ਨੂੰ ਚਾਹੇ ਘਰੇ ਬਿਠਾ ਕੇ ਰੱਖੋ ਚਾਹੇ ਕਿਸੇ ਦੇ ਕੋਠੇ ਛੱਡਿਆ ਹੋ ਕਹਿੰਦਾ ਜਾ ਕੇ ਕੁੱਤੇ ਦੇ ਪੁੱਤ ਦੇ ਲਾ ਕੇ ਜੁੱਤੀ ਮਾਰ ਦਾਂਗਾ ਸਾਲੇ ਦੇ ਉਹ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਸੀ ਬਾਪੂ ਵੀ ਸਿੱਟ ਲਾਂ ਸਾਲੇ ਨੂੰ ਇੱਥੇ ਭੈਣ ਵਸਾਉਣੀ ਆ ਮੈਂ ਵੀ ਤੇ ਹੁਣ ਫਿਰ ਆਪਾਂ ਕੀ ਕਰੀਏ ਆੜਤੀ ਨੂੰ ਪੁੱਛ ਲੈਣਾ ਹੋਰ ਕੀ ਆ ਹਾਂ ਤੂੰ ਐਂ ਕਰ ਨਾ ਆੜਤੀ ਕੋਲੇ ਜਾ ਕੇ ਆ ਉਹਦੀਆਂ ਮਿੰਨਤਾਂ ਕਰ ਲਾਂਗੇ ਆਪਾਂ ਗੱਡੀ ਦਾ ਹੀਲਾ ਕਰਕੇ ਜੇ ਬਾਪੂ ਰਹਿਣ ਦੇ ਤੂੰ ਨਹੀਂ ਪੁੱਤ ਨਹੀਂ ਨਾ ਉਹਦੇ ਮੱਥੇ ਲੱਗੂਗਾ ਕਿਵੇਂ ਪਹਿਲਾਂ ਵਾਲੇ ਸਾਰੇ ਖੜੇ ਨੇ ਹਜੇ ਆਪਣੇ ਪੋਣੀ ਆਖ ਦੋ ਫਸਲਾਂ ਤੇਰੇ ਲਾ ਦੇਵਾਂਗੇ ਤੂੰ ਜਾ ਕੇ ਆ ਮੇਰੇ ਸ਼ੇਰ ਤੜਕੇ ਇਹ ਤਾਂ ਕਰਨਾ ਪੂ ਹੂਰਾ ਤਾਂ ਪੱਕਣੀ ਬੂ ਭੈਣ ਮੇਰੀ ਇਹ ਤੈਨੂੰ ਵਸਾਉਣਾ ਹੈ ਉੱਥੇ ਤੈਨੂੰ ਪਤਾ ਕਿਹੜੀਆਂ ਰੀਝਾਂ ਨਾਲ ਤੋਰ ਸੀ ਤੈਨੂੰ ਵਸਾਉਣ ਵਾਲੇ ਲਿਖਣ ਹੈਗੇ ਉਹਨਾਂ ਦੇ ਪਹਿਲਾਂ ਆ ਗੱਡੀ ਦੇਖ ਦੇ ਦਿੰਨੇ ਆ ਉਹਨਾਂ ਦਾ ਭੋਬਾ ਭਰ ਜੂਗਾ ਸਾਲਿਆਂ ਦਾ ਫਿਰ ਤਾਂ ਨਹੀਂ ਮੰਗਣਗੇ ਕੁਛ ਅਗਲੀ ਵਾਰੀ ਜਹਾਜ਼ ਮੰਗਣਗੇ ਉਹ ਨਹੀਂ ਆਪੇ ਚੁੱਪ ਕਰ ਦਿੰਦੇ ਪੁੱਤ ਤੂੰ ਐਂ ਕਰ ਪੁੱਤ ਤੜਕੇ ਨਾਲ ਆੜਤੀ ਕੋਲੇ ਜਾ ਕੇ ਆ ਬਾਪੂ ਤੜਕਾ ਕਦੋਂ ਆਇਆ ਮੈਂ ਹੁਣੇ ਜਾਇਆ ਨਾ ਟਾਈਮ ਬਥੇਰਾ ਪਿਆ ਚਲ ਚੰਗਾ ਤੇਰੀ ਮਰਜ਼ੀ ਨਾਲੇ ਉਹਨਾਂ ਦਾ ਗੁੱਸਾ ਵਧੀ ਜਾਊਗਾ ਜਿਉਂ ਜਿਉਂ ਦਿਨ ਟਪਾਵਾਂਗੇ ਆਪਾਂ ਠੀਕ ਆ ਹੁਣੇ ਜਾਇਆ ਜਾਇਆ ਨਾ ਸੰਨੀ ਕਰ ਜੀ ਚੰਗਾ ਪਸੰਦ ਨੂੰ ਪਹਿਲਾਂ ਹਾਂ ਉਹ ਤਾਂ ਨਿਮੇੜ ਕੇ ਜਾਊਂਗਾ ਹਾਂ ਲੈ ਪ੍ਰੀਤ ਮੜੀ ਮੈਂ ਹਿੱਸਾ ਬੰਦੀ ਸੰਨੀ ਮੈਂ ਰਲਾ ਜਾਂਦਾ ਜਾ ਪੁੱਤ ਆੜਤੀ ਇਹਦੇ ਕੀ ਕਹਿੰਦਾ ਹਾਂ ਬਾਪੂ ਜਾ ਆਇਆ
ਪੁਰਸ਼ੋਤਮ ਕਹਿੰਦਾ ਮੈਨੂੰ ਨਾਲ ਲੈ ਜਾਓ ਝਾਂਸੀ ਜਿੱਦੇ ਜਾਊਂਗੇ ਲੈਣ। ਅੱਛਾ ਹਾਂ ਉਹ ਤਾਂ ਕਹਿੰਦਾ ਕੋਈ ਚੱਕਰ ਨੀ ਕਹਿੰਦਾ। ਸ਼ੁਕਰ ਆ ਉਸ ਪਰਮਾਤਮਾ ਸੱਚੇ ਪਾਤਸ਼ਾਹ ਦਾ, ਉਹੀ ਕਰਦਾ ਮਾਲਕ ਸਿੱਧੀਆਂ। ਇਹ ਤਾਂ ਹੈ। ਹਾਂ ਹੁਣ ਕਦੀ ਦੇਖ ਕੇ ਨਾ ਲੈ ਆਓ ਚੰਗਾ। ਚੱਲ ਠੀਕ ਹੈ, ਨਾਲ ਕੁੜੀ ਨੂੰ ਲੈ ਜਾਓ, ਉੱਥੇ ਹੀ ਛੱਡਿਓ। ਚੱਲ ਠੀਕ ਹੈ ਚੰਗਾ, ਮੈਂ ਵੀ ਕੱਪੜੇ ਬਦਲ ਕੇ ਖੇਤ ਜਾ ਕੇ ਆਉਂਦਾ। ਜਾ ਆ। ਬਾਪੂ ਜੀ ਮੰਮੀ ਹੋਰੀ ਆਇਆ। ਪਾਣੀ ਲੈ ਕੇ ਆਉਣੀ ਮੰਮੀ। ਠੀਕ ਹੈ, ਹੋਰ ਕਿਵੇਂ ਤੁਹਾਡੀ ਸਿਹਤ? ਠੀਕ ਆ ਨਾ? ਠੀਕ ਹੈ ਜੀ, ਹੁਣ ਤਾਂ ਬਸ ਦਵਾਈ ਲੈ ਰਹੇ ਨੇ ਪੰਜਾਂ ਹੀ ਸੱਬਾ ਗੋਲੀਆਂ ਦਾ। ਚੱਲ ਦਵਾਈਆਂ ਦੇ ਸਾਰੇ ਵੀ ਠੀਕ ਰਹੀ ਜਾ ਵੀ, ਉਹ ਬਹੁਤ ਠੀਕ ਹੈ। ਹਾਂਜੀ ਹਾਂਜੀ ਬਾਈ ਜੀ, ਪੀਲੀ ਚਾ। ਹਾਂਜੀ ਬਾਈ ਪੀਲੀ। ਚਲੋ ਬਾਈ ਜੀ ਫਿਰ ਚੱਲੀ ਹੈ ਨਾ, ਲੇਟ ਹੋਈਆਂ ਨੇ ਅਸੀਂ ਚ। ਹਾਂ ਹਾਂ ਚਲੋ ਆਪਾਂ ਟਾਈਮ ਹੀ ਆ ਹੁਣ ਤਾਂ। ਹਾਂ ਨਾਲੇ ਕਾਗਜ਼ ਪੱਤਰਾਂ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ, ਹੱਥ ਨੂੰ ਹੋ ਜਾਂਦਾ ਉੱਥੇ। ਚੰਗਾ ਅਸੀਂ ਫਿਰ ਲਿਆਉਣਾ ਗੱਡੀ। ਹਾਂ ਚਲੋ ਠੀਕ ਹੈ, ਦੇਖੋ ਟਾਈਮ ਵੀ ਜਮਾ ਸਹੀ ਹੈ, ਸਰਵਾਈਵ ਹੋ ਗਿਆ। ਨਾਲ ਆਪਣੀ ਦੋਈ ਬੈਗ ਤਿਆਰ ਕਰ ਲਈ, ਅੱਜ ਆਪਣੇ ਚੱਲਾਂਗੇ ਆਪਾਂ। ਠੀਕ ਹੈ ਜੀ, ਲਿਆਓ ਜਲ ਪੁੱਛਦੇ ਹਾਂ। ਲਾਪਰੀ ਦਾ? ਹਾਂਜੀ ਬਾਈ, ਅਸੀਂ ਨੂੰ ਰੋਟੀ ਖਵਾ ਦੀ ਦੁਪਹਿਰੇ। ਹਾਂਜੀ ਹਾਂਜੀ ਬਾਈ, ਮੰਮੀ ਵਾਸਤੇ ਤਾਂ ਮੈਂ ਸ਼ਾਹੀ ਪਨੀਰ ਬਣਾ ਕੇ ਰੱਖਿਆ ਹੋਇਆ ਪਹਿਲਾਂ। ਹਾਂ ਚੰਗਾ ਚੰਗਾ ਹੋ ਗਿਆ ਪਾਦੀ। ਠੀਕ ਹੈ, ਚਲ ਤੂੰ ਪਹਿਲਾਂ ਤਿਆਰ ਹੋ ਜਾ ਤਾਂ। ਨਹੀਂ ਮੰਮੀ, ਪਹਿਲਾਂ ਤੁਸੀਂ ਰੋਟੀ ਖਾ ਲਓ, ਮੈਂ ਬਾਅਦ 'ਚ ਤਿਆਰ ਹੋ ਜੂੰਗੀ, ਤੁਹਾਡੀ ਪਹਿਲਾਂ ਸੇਵਾ ਕਰ ਲਾਂ ਮੈਂ ਵਧੀਆ। ਚਲ ਠੀਕ ਹੈ, ਚੰਗਾ ਰੋਟੀ ਲਿਆ ਸਕਦਾ। ਮੰਮੀ ਜੀ ਤੁਸੀਂ ਅੰਦਰ ਬੈਠ ਜਾਂਦੇ, ਮੈਂ ਤੁਹਾਡੇ ਵਾਸਤੇ ਨਾ ਸ਼ਾਹੀ ਪਨੀਰ ਲੈ ਕੇ ਆਉਂਦੀ ਹਾਂ, ਰੋਟੀ ਖਾ ਲੈਂਦੇ। ਚਲ ਠੀਕ ਹੈ, ਛੇਤੀ ਲਿਆਉਣਾ ਹੈ। ਤੂੰ ਵੀ ਸੱਸੇ ਨਾ ਜ਼ਿਆਦਾ ਰੱਖੇਂਗੀ, ਵੀ ਤੇਰਾ ਲਾਪਰੀ ਦੇ ਨਾਲ ਵਾਹ ਪਿਆ ਸੀ, ਜਿੰਨੀ ਮਾੜੀ ਮੇਰੇ ਨਾਲ ਕਰੀ ਹੈ ਨਾ ਗਿਣ ਗਿਣ ਕੇ ਬਦਲੇ ਲਊਂਗੀ। ਕੀ ਗੱਲ ਹੋ ਗਈ ਬੱਚਿਓ, ਬਾਹਲੀ ਚੀਜ਼ ਨੀ ਹੋਣਾ ਜੇ ਪਈ ਜਾਂਦਾ। ਦੱਬਦੇ ਪੁੱਛ ਸਮਾਰ ਕੇ ਦੱਬਦੇ, ਇਹੋ ਜਿਹਾ ਘਰ ਨਹੀਂ ਦੇਖਿਆ ਪਹਿਲਾਂ ਕਦੇ। ਬਾਈ ਜੀ ਹੁਣ ਤਾਂ ਫਿਰ ਗੱਡੀ ਟੋਪ ਮਾਡਲ ਲੈ ਲਾਂਗੇ ਘੜੀ ਘੜੀ ਨਾਲੋਂ। ਹਾਂ ਹਾਂ ਟੋਪ ਮਾਡਲ ਸਹੀ ਰਹੂਗੀ, ਤੇ ਅੱਜ ਕੱਲ ਰਿਵਾਜ ਆਟੋ ਗੇਅਰ ਦਾ ਹੈ ਨਾ। ਆਟੋ ਗੇਅਰ ਹੀ ਲਵਾਂਗੇ ਆਪਾਂ। ਹੈ ਆਟੋ ਗੇਅਰ ਹੀ ਲਵਾਂਗੇ, ਆਟੋ ਗੇਅਰ ਹੀ ਲੈ ਲਾਂਗੇ ਫਿਰ। ਉਹ ਸੱਚ
ਕੀ ਹੋ ਗਿਆ ਉਹ ਬਾਈ ਜੀ ਮੈਂ ਕਾਗਜ਼ ਪੱਤਰ ਭੁੱਲ ਆਇਆ ਫਿਰ ਉੱਥੇ ਲੋਡ ਪਊਗੀ ਏਜੰਸੀ 'ਚ ਚੱਲ ਫਿਰ ਚੱਕ ਲਿਆਉਣੇ ਉਹ ਨਹੀਂ ਤੁਸੀਂ ਉਰੇ ਉਤਰੋ ਮੈਂ ਇਕੱਲਾ ਜਾਣਾ ਭਜਾ ਲੂੰਗਾ ਇਹਨੂੰ ਹੋਰ ਤੁਹਾਡੇ ਹੁੰਦੇ ਔਖਾ ਜਾ ਹੋ ਜਾਂਦਾ ਚੱਲ ਆ ਜਾ ਫਿਰ ਛੇਤੀ ਆ ਜਾ ਮੈਂ ਹੁਣ ਆ ਜਾਣਾ ਤੁਸੀਂ ਐਂ ਕਰੋ ਜੀ ਨੈਟ ਤੇ ਸਰਚ ਮਾਰ ਲਓ ਵੀ ਕਿਹੜਾ ਰੰਗ ਕਿਹੜਾ ਲੈਣਾ ਇਹ ਵੀ ਠੀਕ ਹੈ ਉਹੀ ਲੈ ਲਾਂਗੇ ਰੰਗੇ ਰੰਗ ਬਹੁਤ ਨੇ ਇਸ ਇਹਨਾਂ ਗੱਡੀਆਂ 'ਚ ਬਾਬਾ ਜੀ ਉਹੀ ਕੰਮ ਜੀ ਜਦੋਂ ਆਪਾਂ ਗਦੜਿਆਣੀ ਤੋਂ ਆਉਂਦੇ ਹਾਂ ਅਤੇ ਹਰਿਆਉ ਨੂੰ ਜਾਂਦੇ ਹਾਂ ਵਿਚਾਲੇ ਇੱਕ ਖਾਲ ਜਾਂਦਾ ਹਾਂਜੀ ਹਾਂਜੀ ਸੂਏ ਦਾ ਖਾਲ ਹੈ ਉੱਥੇ ਖੜਿਆ ਜੀ ਪ੍ਰਾਹੁਣਾ ਜਿਹੜੀ ਮਰਜ਼ੀ ਦਬਾ ਦਿਉ ਜੀ ਕਰੇਟਾ ਦਬਾਓ ਚਾਹੇ ਹੋਰ ਦਬਾਓ ਮਜਬੂਰੀ ਆ ਬਾਬਾ ਜੀ ਮਰਦੇ ਨੇ ਅੱਖ ਚੱਬਿਆ ਜੀ ਇਹ ਤਾਂ ਪਰ ਠੀਕ ਆ ਬਾਬਾ ਜੀ ਚੰਗਾ ਜੀ ਕਿਉਂ ਦਿੱਤੀ ਪਨੀਰ ਵਾਲੀ ਸਬਜ਼ੀ ਹੋਰ ਦੋ ਪਲੇਟਾਂ ਭਰ ਕੇ ਦਿੱਤੀਆਂ ਨੇ ਕਿੱਥੇ ਹੈ ਅੰਦਰ ਹੀ ਆ ਬਾਹਰ ਨਹੀਂ ਹੁੰਦੀ ਐ ਕਿਵੇਂ ਆਜੂਗੀ ਪਈਆਂ ਘੱਟ ਨੇ ਉਹਦੇ ਲਾ ਪ੍ਰੀਤ ਨੇ ਪੁੱਤ ਮੈਨੂੰ ਸਾਰੀ ਗੱਲ ਦੱਸੀ ਕੰਜਰਾ ਇਹ ਕੀ ਕੀਤਾ ਤੁਸੀਂ ਉਹ ਤੂੰ ਬੋਲਣਾ ਬਾਪੂ ਹੁਣ ਤਾਂ ਤੂੰ ਦੇਖਦਾ ਰਹਿ ਤੇ ਪ੍ਰਾਹੁਣੇ ਨੂੰ ਕਿੱਥੇ ਛੱਡਿਆ ਪ੍ਰਾਹੁਣੇ ਨੂੰ ਬਾਬਾ ਮੇਰੋਂ ਚਾਬੀਆਂ ਦੇਣ ਲੱਗ ਰਿਹਾ ਕਰੇਟਾ ਗੱਡੀ ਦੀਆਂ ਕੋਈ ਨੀ ਕਹਿੰਦਾ ਕਰ ਦਾਂਗੇ ਪੈਸਿਆਂ ਦਾ ਹੱਲ ਉਦੋਂ ਮੈਂ ਵਗ ਗਿਆ ਲਵਪ੍ਰੀਤ ਕੋਲ ਹੁਣ ਤੈਂ ਕੋਲੇ ਸਜ਼ਾ ਮੂੰਹ ਕਰ ਲਿਆ ਆੜਤੀ ਕਹਿੰਦਾ ਮੈਂ ਦਵਾ ਦੂੰਗਾ ਗੱਡੀ ਹੋ ਗਿਆ ਗੱਡੀ ਦਾ ਹੱਲ ਗੱਡੀ ਦਾ ਹੱਲ ਤਾਂ ਹੋ ਗਿਆ ਬਾਈ ਪਰ ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਉਹ ਦਿਨ ਭੁੱਲ ਗਿਆ ਤੂੰ ਜਦੋਂ ਮੈਨੂੰ ਉਹਨਾਂ ਨੇ ਕੁੱਟ ਕਟਾਈਏ ਕਰਕੇ ਘਰੋਂ ਬਾਹਰ ਕੱਢਿਆ ਸੀ ਤੇ ਤੇਰੀ ਧੱਕੇ ਮਾਰ ਕੇ ਉਹਨਾਂ ਨੇ ਬੇਇੱਜ਼ਤੀ ਕਰੀ ਸੀ ਉਹ ਮੈਂ ਹੀ ਸਹਾਰ ਲਾਂ ਮੈਂ ਮੰਨਦੀ ਹਾਂ ਕਿ ਤੁਸੀਂ ਮੇਰਾ ਵੀ ਭਲਾ ਚਾਹੁੰਦੇ ਹੋ ਗੱਡੀ ਦਵਾ ਕੇ ਤੁਸੀਂ ਮੈਨੂੰ ਤੋਰ ਦਿਉਂਗੇ ਪਰ ਤੁਹਾਨੂੰ ਕੀ ਲੱਗਦਾ ਮੈਂ ਸੌਖੀ ਵਸੂੰਗੀ ਬਾਈ ਇਸ ਤੋਂ ਚੰਗਾ ਤਾਂ ਮੈਨੂੰ ਖੂਹ 'ਚ ਧੱਕਾ ਹੀ ਦੇ ਦਿਉ ਬਸ ਮੇਰਾ ਤਾਂ ਇੱਕ ਪਾਸਾ ਕਰ ਦਿਉ ਬਾਈ ਮੈਂ ਤਾਂ ਤਲਾਕ ਲੈਣਾ ਚਾਹੁੰਦੀ ਹਾਂ ਜੇ ਮੇਰੀ ਬੰਨੀ ਹੋਈ ਰੱਖੜੀ ਦਾ ਮੁੱਲ ਤਾਰਨਾ ਨਾ ਬਾਈ ਤਾਂ ਮੇਰਾ ਨਵੇੜਾ ਹੀ ਕਰਾ ਦੇ ਬਸ ਜਦੋਂ ਉਹਨਾਂ ਨੂੰ ਗੱਡੀ ਦੇ ਦਿੱਤੀ ਫਿਰ ਤਾਂ ਉਹਨਾਂ ਦਾ ਭੋਬਾ ਭਰ ਜੂ ਫਿਰ ਤਾਂ ਨਹੀਂ ਮੰਗਣਗੇ ਕੁਛ ਨਹੀਂ ਭਰਦਾ ਵੀਰੇ ਜਿੰਨੇ ਰੱਜੇ ਹੁੰਦਾ ਨਾ ਬੰਦਾ ਓਨਾ ਹੀ ਭੁੱਖਾ ਹੁੰਦਾ ਇਦੋਂ ਬਾਅਦ ਕੋਈ ਵੱਡੀ ਫਰਮਾਇਸ਼ ਕਰਨਗੇ ਫਿਰ ਮੈਂ ਤਾਂ ਕੋਰਾ ਜਵਾਬ ਦਊਂਗੀ ਉਹਨਾਂ ਨੂੰ ਫਿਰ ਉਹ ਪਤਾ ਕੀ ਕਰਨਗੇ ਪੱਖੇ ਨਾਲ ਟੰਗ ਦੇਣਗੇ ਮੈਨੂੰ ਤੇ ਬਾਅਦ 'ਚ ਕੋਈ ਕੇਸ ਬਣਾ ਦੇਣਗੇ ਵੀ ਕੁੜੀ ਤਾਂ ਸੁਸਾਈਡ ਕਰ ਗਈ ਚੁੱਪ ਇੱਕੋ ਹੱਲ ਹੈ ਇੱਕ ਵਾਰੀ ਮੈਂ ਮਿਲਿਆ ਦੀ ਬਾਬਾ ਅੰਮ੍ਰਿਤਪਾਲ ਮਹਿਰੋਂ ਹੈ ਉਹ ਕਹਿੰਦਾ ਜੇ ਕਦੇ ਵੀ ਦੁੱਖ ਸੁੱਖ ਹੋਇਆ ਕਹਿੰਦਾ ਮੈਨੂੰ ਦੱਸੀ ਮੈਂ ਉਹਨੂੰ ਤੇਰੀ ਗੱਲ ਦੱਸੀ ਦੀ ਵੀ ਮੇਰੀ ਭੈਣ ਔਖੀ ਆ ਅੱਛਾ ਹਾਂ ਕਹਿੰਦਾ ਮੈਂ ਇਹ ਹੱਲ ਕਰੂੰ ਸਾਰਾ ਤੂੰ ਐਂ ਕਰ ਜਦ ਜਾਣਾ ਹੁੰਦਾ ਉੱਥੇ ਫਿਰ ਤੂੰ ਐਂ ਕਰ ਦੇਖੀ ਜਾਊਗੀ ਉਹਨਾਂ ਕੰਨ ਕਰ ਬਾਪੂ ਉਦਣ ਹੀ ਸਕੀਮ ਬਣਾ ਲਈ ਦੀ ਮਰਦੇ ਕੀ ਨਾ ਕਰਦੇ ਹੋਰ ਕੀ ਕਰਦੇ ਫਿਰ ਬਾਈ ਤੂੰ ਆਪਦੀ ਮਾਸੀ ਦਾ ਤਾਂ ਪਤਾ ਪੁੱਤ ਲੈ ਲੈ ਵਿਚਾਰੀ ਦਾ ਖੜ ਜਾ ਹਜੇ ਮਾਸੜ ਵੀ ਆਉਂਦਾ ਹੋਣਾ ਖੜਦਾ ਘੰਟਾ ਬਾਬਾ ਬਾਬਾ ਕਹਿੰਦਾ ਜੀ ਕਹਿੰਦਾ ਤੁਹਾਡੇ ਵਾਰ ਕੀ ਤਾਰ ਕੇ ਆਊਂਗਾ ਲਵਪ੍ਰੀਤ ਪਤਾ ਲੈ ਤੇਰੀ ਮੰਮੀ ਨੇ ਰੋਟੀ ਖਾ ਲਈ ਪਤਾ ਕਰਕੇ ਅੰਦਰ ਕੋਈ ਨੀ ਕੋਈ ਨੀ ਕੋਈ ਨੀ ਦੋਵਾਂ ਨੂੰ ਖਵਾਵਾਂਗਾ ਆ ਜਾਣਗੇ ਇਕੱਠਿਆਂ ਬਿਠਾ ਕੇ ਹੈ ਨਾ ਚਲੋ ਠੀਕ ਸੋਚ ਨਾ ਕਰ ਠੀਕ ਤੂੰ ਬਸ ਦੇਖੀ ਚੱਲ ਦੇਖੀ ਜਾਂਦੀ ਪੁੱਤ ਫਿਰ ਕਰਾਂਗੀ ਹੁਣ ਬਾਪੂ ਤੂੰ ਪੈ ਜਾ ਤੂੰ ਐਂ ਕਰ ਭੱਜ ਕੇ ਪਾਣੀ ਦਾ ਗਲਾਸ ਲਿਆ ਜਾ ਭੱਜ
ले मुंह निकलेगा भाई। यार बूट कट रखे ये तो कुछ नहीं भाई, मेख जी चोदी है चा। अच्छा मेख चोदी है। मम्मी किथे है? अंदर है भाई, भाग जाती ना। लपरी तैयार नहीं हुई, जाना थी सी। हां कहना मैं लपरी तैयार हो जा, तो पानी पी लो जी। पानी पी लो जी, मैं तो तैयार ही सी। हां तैयार हो लपरी, जा तू बैग बूदा कर तैयारी बारी। अब बाबे मेरे होरां ने चक लिया थी मैनू। क्यों पर इन्हां ने कहा हुण दाज पिछे, कहिंदे जे तैं तेरी माँ ने दाज मंगे ना थोड़ियां अंदरां कढ लूं। मैं उरे मैनू लापरीत ने कुट कुट के सोटे नाल मेरी तां टूई लत्तां बाहां गोडे सजा ते मार मार के की मंगदा है दाज तों, नाले गड्डी तों लै के लापरीत नूं भज लै। इदू पहलां वी दुबारे सेवा पाणी कर देना। मैनूं तां आपणा ही कहे जे कहिंदा दुबारे शिकायत आ गई ना वी कुड़ी ने सानूं कहता जां कुड़ी दे भाई ने कहिंदा सानूं कुट्टांगे बहुत, मेरा छेत्र प्रेत बहुत करी इत्थे। आपां तां लोड़ नहीं गड्डियां दी, चक लै कपड़ा लीड़ा लै के तुर पै कुड़ी नूं। चल आ जा केरां दा पैरी डिगदे आ। चल चक लै समान तां, बूट तां पा लै, गाल लै पैरां च। उठिया भी नहीं जांदा, मेरी तां टूई दी बस करा थी मार मार के सोटे। ਪੋਤਾ ਕਹਿੰਦੀ ਗੱਡੀ ਲੈਣੀ ਹੈ, ਕਰੀਟਾ ਲੈਣੀ ਹੈ। ਮੈਂ ਮੈਨੂੰ ਕੀ ਪਤਾ ਸੀ ਵੀ ਇਹ ਜੇ ਨੇ ਗਾਹਾਲੇ। ਚਲ ਚੰਗਾ ਚੁੱਪ ਕਰ ਜਾ ਹੁਣ। ਹਾਂਜੀ ਚਲ ਤੁਰ ਲੈ। ਚੱਕ ਲਿਆ ਸਾਰਾ ਕੁਝ ਸਭ ਦਾ। ਹਾਂਜੀ ਤੂੰ ਵੀ ਕੰਟਰੋਲ ਰੱਖੀ ਆਪਣੀ ਜ਼ਬਾਨ ਤੇ। ਬਈ ਮੈਂ ਕਦੋਂ ਬੋਲਦੀ ਹਾਂ? ਬਸ ਫਿਰ ਬੋਲਣਾ ਨਹੀਂ ਹੈਗਾ ਜੇ ਦੋ ਕਹਿ ਵੀ ਦਿੰਦੇ ਨੇ ਕੁਝ। ਹੋ ਗਈ ਲਾਪਰੀ ਤਿਆਰ? ਹਾਂਜੀ ਮੰਮੀ ਚੱਲੀ। ਹਾਂ ਚੱਲ ਚੱਲਦੇ ਆਂ। ਚਲੋ ਸਰਦਾਰ ਜੀ ਠੀਕ ਹੈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਾਨੂੰ ਤਾਂ ਦੇਖੋ ਜੀ ਕੁਛ ਨਹੀਂ ਚਾਹੀਦਾ, ਜਿਹਨੇ 30 ਦੇਤੀ ਹੋਰ ਮਗਰ ਰਹਿ ਵੀ ਕੀ ਗਿਆ। ਅੱਜ ਤੋਂ ਬਾਅਦ ਸਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ। ਹਾਂਜੀ ਫੁੱਲਾਂ ਵਾਂਗੂ ਰੱਖਾਂਗੇ ਸਾਨੂੰ, ਆਪਣੀ 30 ਬਣਾ ਕੇ ਰੱਖਾਂਗੇ। ਠੀਕ ਹੈ ਜੀ, ਠੀਕ ਹੈ, ਠੀਕ ਹੈ ਮਾਸੀ ਜੀ। ਹਾਂ ਚਲੋ ਠੀਕ ਹੈ ਬਈਆ। ਚੰਗਾ ਪੁੱਤ, ਚੰਗਾ ਭਾਈ ਕਾਕੇ। ਹਾਂ ਠੀਕ ਹੈ ਚੰਗਾ ਬਾਈ ਜੀ। ਆ ਮੋਟਰਸਾਈਕਲ ਲੈ ਜਾਓ, ਮੈਂ ਮੋੜ ਲਵਾਂਗਾ ਕਦੇ ਗਿਆ। ਠੀਕ ਹੈ ਹੋਰ ਲਵਜੀਤ ਆ ਫੋਨ ਚ ਰਿਹਾ ਪਿਆ, ਹਸਪਤਾਲ ਨਾ ਜਾਈ, ਫੋਨ ਲੈ ਜਾ ਨਾਲ। ਸੈਲਫ ਸਟਾਰਟ ਹੈ ਜੀ, ਲੱਤ ਤਾਂ ਉਹ ਵੀ ਨਹੀਂ ਕੰਮ ਕਰਦੀ। ਮਜਬੂਰੀ ਬਣ ਜਾਂਦੀ ਹੈ ਕੁੱਟਣ ਦੀ, ਨਹੀਂ ਪਰਾਉਣੇ ਤਰਾਉਣੇ ਨੂੰ ਕੋਈ ਹੱਥ ਵੀ ਨਹੀਂ ਲਾਉਂਦਾ ਹੁੰਦਾ। ਲਾ ਵੀ ਟਰਾਲੀ ਭਰ ਕੇ ਚੈਨਲ ਨੂੰ ਕਰੋ ਸਬਸਕ੍ਰਾਈਬ, ਜੇ ਵਧੀਆ ਲੱਗੀ ਵੀਡੀਓ ਤਾਂ।